ਗਾਉਣ ਵਾਲੇ ਨੂੰ ਵਧੀਆ ਲਿਖਤ ਦੀ ਲੋੜ ਆ, ਸਿੱਖਸ਼ਕ ਨੂੰ ਵਧੀਆ ਸਿੱਖਿਆ ਦੀ ਲੋੜ ਆ, ਢਿੱਡ ਨੂੰ ਰੋਟੀ ਦੀ ਲੋੜ ਆ ਤੇ ਵਿਗੜੇ ਨੂੰ ਸੋਟੀ ਦੀ ਲੋੜ ਆ, ਹਰ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਆ, ਸਾਨੂੰ ਤੁਹਾਡੇ ਪਿਆਰ ਦੀ ਲੋੜ ਆ। ਵੀਡੀਓ ਸ਼ੁਰੂ ਹੁੰਦੀ ਲਾਈਕ ਵਾਲੇ ਬਟਨ ਨੂੰ ਕੱਸਾ ਲਿਆ ਕਰੋ ਵੀਰੇ। ਇੱਥੋਂ ਹੀ ਕਰਦੇ ਹਾਂ ਆਪਾਂ ਆਪਣੀ ਅੱਜ ਵਾਲੀ ਵੀਡੀਓ ਸ਼ੁਰੂ। ਅੱਜ ਨਾ ਪਹਿਲਾਂ ਡੈਡੀ ਨੂੰ ਪੰਧੀਰ ਖੇੜੀ ਛੱਡ ਕੇ ਆਉਣਾ, ਡੈਡੀ ਨੇ ਜਾਣਾ ਮੈਂ ਯਾਤਰਾ ਤੇ। ਮੈਂ ਥੋੜ੍ਹੀ ਕਾਹਲੀ ਕਰ ਰਿਹਾ ਕਿਉਂਕਿ ਡੈਡੀ ਅੱਧੇ ਘੰਟੇ ਤਿਆਰ ਬੈਠੇ ਆ। ਅਸਲ 'ਚ ਅਸੀਂ ਥੋੜ੍ਹਾ ਲੇਟ ਤਾਂ ਹੋ ਗਏ, ਪਵਨ ਕਹਿੰਦੀ ਮੈਂ ਵੀ ਨਾਲ ਹੀ ਚੱਲਦੀ ਹਾਂ। ਵੀਰਨ ਸ਼ੇਰ ਅੱਜ ਪੂਰਾ ਫਰੈਸ਼ ਆ। ਅਸੀਂ ਕੱਲ੍ਹ ਘਰੇ ਆਏ ਸੀਗੇ ਅਰਾਊਂਡ 4 ਵਜੇ ਟੀਕਾ ਲਵਾ ਕੇ ਅਤੇ 7 ਵਜੇ ਸੌਂ ਗਿਆ। ਉਦੋਂ ਬਾਅਦ 'ਚ ਸਵੇਰੇ ਜਾ ਕੇ ਉੱਠਿਆ, ਮਤਲਬ ਰਾਤ ਨੇ ਦੁੱਧ ਹੀ ਪੀਤਾ ਵਾਰੀ ਵਾਰੀ ਅਤੇ ਮਤਲਬ ਘੂਕ ਸੁੱਤਾ ਹੀ ਰਿਹਾ ਵਾ। ਰਾਤ ਦਾ ਕੁੰਭਕਰਨ ਬਣਿਆ ਹੋਇਆ ਸੀ। ਅੱਜ ਇਹਨੂੰ ਪੂਰਾ ਫਰੈਸ਼ ਰਹੋਗੇ। ਪਵਨ ਕਹਿੰਦੀ ਮੈਂ ਨਾਲ ਹੀ ਚੱਲਦੀ ਹਾਂ। ਅਮੀ ਤੁਸੀਂ ਵੀ ਨਾਲ ਹੀ ਆ ਜਾਂਦੇ, ਤੁਸੀਂ ਵੀ ਨਾਲ ਹੀ ਚੱਲਦੇ, ਨਾਲੇ ਇੱਧਰ ਚਾਚੇ ਨੂੰ ਪੁੱਛ ਲੈਣ, ਚਾਚੇ ਨੂੰ ਵੀ ਨਾਲ ਹੀ ਲੈ ਜਾਂਦੇ। ਹੁਣ ਆਪਣਾ ਸਾਰਾ ਡੱਬਰਾ ਚੱਲੇ ਹੀ ਆ, ਉੱਧਰ ਮੰਨੇ ਵੀਰ ਕੇ ਵੀ ਫੋਨ ਕਰ ਦਿਓ। ਪੈਸੇ ਪੁਸ ਨੀ ਚਾਹੀਦੇ, ਅੱਗੇ ਤੁਸੀਂ ਜਾਂਦੇ ਘੁੰਮਣ, ਇਸ ਤੋਂ ਪੈਸੇ ਲੱਗ ਜਾਂਦੇ ਸੀਗੇ। ਤੁਸੀਂ ਯਾਤਰਾ ਚੱਲਣ ਦੱਸ ਦਿਓ ਕੀ ਲੋੜ ਆ, ਜਿਹੜਾ 20-25 ਹਜ਼ਾਰ ਦੇਣਾ। ਆਪਣਾ ਕੁਛ ਵੰਡਿਆ ਯਾਰ, ਜਿਹੜੇ ਮੇਰੇ ਆ ਉਹ ਤੁਹਾਡੇ ਆ, ਜਿਹੜੇ ਤੁਹਾਡੇ ਆ ਉਹ ਸਾਰੇ ਮੇਰੇ ਹੀ ਆ। ਪਾਂਡੇ ਜੀ ਚਲੋ ਚਲੋ, ਇੱਧਰ ਮੋਟਰਸਾਈਕਲ ਆਉਂਦਾ ਵਾ, ਇੱਧਰੋਂ ਕੁਛ ਨੀ ਆਉਂਦਾ। ਮੈਂ ਮੰਮਾ ਤੁਹਾਡੇ ਪੈਸੇ ਵੀ ਮੇਰੇ ਹੀ ਆ। ਜਿਵੇਂ ਅਸੀਂ ਜ਼ਿੰਦਗੀ ਸਾਰੇ ਕੰਮ ਸਲੋ ਸਲੋ ਕਰਦੇ ਹਾਂ, ਸਾਨੂੰ ਬੰਦੇ ਵੀ ਉਦਾਂ ਦੀ ਟੱਕਰਦੇ ਆ। ਜਿਹੜਾ ਪਰਸੋਂ ਆਰਕੀਟੈਕਚਰ ਬੁਲਾਇਆ ਸੀ ਪੰਧੀਰ ਖੇੜੇ ਨਕਸ਼ਾ ਬਣਵਾਉਣ ਨੂੰ, ਉਹਨੇ ਹਜੇ ਤੱਕ ਨਕਸ਼ਾ ਬਣਾਇਆ ਨੀ ਹੈਗਾ। ਉਹਦੇ ਚੱਕਰ 'ਚ ਸਾਡਾ ਸਾਰਾ ਘਰ ਆਰਕੀਟੈਕਚਰ ਬਣਿਆ ਫਿਰਦਾ ਵਾ, ਸਾਰੇ ਨਕਸ਼ੇ ਬਣਾਈ ਜਾਂਦੇ ਆਪਦੇ ਆਪਦੇ। ਕਿਉਂ ਬਸ ਇੱਕ ਡੈਡੀ ਨੇ ਨੀ ਬਣਾਇਆ? ਮੈਂ ਨਹੀਂ ਬਣਾਇਆ, ਲੈ ਤੂੰ ਤਾਂ ਮੇਰੀ ਸਪੋਰਟ ਫੁੱਲ ਕੀਤੀ ਸੀ। ਇੱਕ ਦਿਨ ਮੈਂ ਨਕਸ਼ਾ ਬਣਾਉਣ ਲੱਗ ਗਿਆ ਡੈਡੀ, ਉਹ ਕੁਦਰਤੀ ਕਿਤੇ ਮਤਲਬ ਸਾਡੇ ਵਾਲਾ ਪਾਸਾ ਵੱਡਾ ਹੋ ਜਾ, ਹਰ ਵਾਲਾ ਪਾਸਾ ਛੋਟਾ ਕਰਕੇ ਲੈ, ਤਾਂ ਵੀਰ ਜੀ ਧੱਕਾ ਕਰੀ ਜਾਂਦਾ ਹੁਣੀ, ਉਹਦਾ ਤਾਂ ਕਮਰਾ ਛੋਟਾ ਹੈ। ਅਸੀਂ ਮਤਲਬ ਘਰ ਤਾਂ ਇੱਕ ਹੀ ਪਾਉਣਾ ਵਾ, ਮਤਲਬ ਐ ਪਾਉਣਾ ਵੀ ਦੋ ਲੱਗਣ, ਉਹ ਪਤਾ ਹੀ ਲੱਗਦੇ ਆ ਕੀ ਬਣਦਾ। ਸਲਾਹ ਕਰਦੇ ਆ ਹਲੇ, ਸਲਾਹਾਂ ਕਰਦੇ 10 ਸਾਲ ਤਾਂ ਅਸੀਂ ਲਾ ਹੀ ਦਿੰਦੇ। ਚਲੋ ਵੀ ਕੋਈ ਚੀਜ਼ ਛੇਤੀ ਨਹੀਂ ਲਿਆਂਦੀ ਆ, ਇਹ ਤਾਂ ਹੈ। ਮੈਥੋਂ ਹੁਣੀ ਇੱਕ ਨਾ ਖੱਡੇ 'ਚ ਗੱਡੀ ਡਿੱਪੀ, ਡੈਡੀ ਕਹਿੰਦਾ ਇਹ ਕੀ, ਇਹ ਖੱਡੇ 'ਚ ਗੱਡੀ ਕਿਵੇਂ ਸੈੱਟ ਲਈ? ਮੈਂ ਖੱਡਾ ਨਵਾਂ ਹੋਣਾ ਡੈਡੀ, ਪੁਰਾਣੀ ਹੈ ਸੜਕ ਤਾਂ, ਪੁਰਾਣੀ ਹੈ ਖੱਡਾ ਨਵਾਂ ਆਇਆ ਕੋਈ, ਇਹ ਅੱਗੇ ਤਾਂ ਡਿੱਗੀ ਨਹੀਂ ਹੈ। ਪਹਿਲਾਂ ਤਾਂ ਇੰਨਾ ਬਰਾਬਰੋਂ ਪੱਟਿਆ ਹੋਇਆ ਸੀਗਾ, ਹੁਣ ਤਾਂ ਬੰਦ ਕਰਿਆ। ਮੇਰੀ ਕੋਈ ਗਲਤੀ ਨਹੀਂ ਡੈਡੀ, ਇਹ ਖੱਡਾ ਨਵਾਂ ਸੀ ਬਈ। ਤੇ ਬਾਈ ਵੈਸੇ ਡੈਡੀ ਨੂੰ ਹੁਣ ਫੋਨ ਆ ਗਿਆ, ਅਸੀਂ ਥੋੜ੍ਹਾ ਜਿਹਾ ਸਮੇਂ ਨਾਲ ਲੇਟ ਹੋ ਗਏ। ਚੱਲ ਇੰਨਾ ਵੀ ਲੇਟ ਨਹੀਂ, 4 ਮਿੰਟ ਰਹਿ ਜਾ, ਇੱਥੋਂ ਸਿਰਫ 2 ਮਿੰਟ ਦਾ ਰਾਹ ਰਹਿ ਗਿਆ। ਨਾਲੇ ਉਹਨਾਂ ਨੇ ਹਲੇ ਤੁਰਦੇ ਆ ਨੇ 20-25 ਮਿੰਟ ਦਾ ਘਾਟਾ ਲਾਈ ਦੇ। ਇਹ ਅਸੀਂ ਆਪਦੀ ਸੇਫ ਸਾਈਡ ਲਈ ਕਹਿ ਦਿੰਦੇ ਆ, ਸਾਡੇ ਗਾਲਾਂ ਨਾ ਪੈਣ। ਅੱਡਾ ਕੋਈ ਚੱਕਰ ਨਹੀਂ, ਸਾਨੂੰ 1 ਵਜੇ ਦਾ ਟਾਈਮ ਸੀ, ਹਲੇ 12:55 ਆਇਆ, 5 ਮਿੰਟ ਰਹਿੰਦੇ ਆ, ਆਪਾਂ 3 ਮਿੰਟ 'ਚ ਪੰਧੀਰ ਖੜੀ ਹੋਵਾਂਗੇ। ਰੱਕ ਦੇ ਉੱਪਰ ਨੀ ਚੜਨਾ ਹੈਗਾ, ਹੋਰ ਪਿੱਛੇ ਖੜੇ ਹੋਵਾਂ ਟਰੱਕ ਦੇ। ਡੈਡੀ ਪਹਿਲੀ ਵਾਰੀ ਜਾਂਦਾ ਹੀ ਆ, ਨਹੀਂ ਤਾਂ ਉਹੀ ਗੱਲਾਂ ਗਾ। ਦੇਖੋ ਇੱਕ ਗੱਲ ਇਹ ਹੈ ਨੀ ਗੀ, ਜਦੋਂ ਡੈਡੀ ਅਸੀਂ ਛੋਟੇ ਹੁੰਦੇ ਸੀਗੇ, ਤੁਸੀਂ ਗੱਡੀ ਚਲਾਉਂਦੇ ਹੁੰਦੇ ਸੀਗੇ ਜਾਂ ਅਸੀਂ ਗੱਡੀ ਚਲਾਉਣ ਲੱਗੇ ਜਦੋਂ ਛੋਟੇ ਹੁੰਦੇ, ਤੁਸੀਂ ਸਾਨੂੰ ਕਹਿਣਾ ਉਹ ਇੱਧਰ ਨੂੰ ਨਾ ਜਾ, ਇੱਧਰ ਨੂੰ ਕਰ। ਹੁਣ ਤੁਸੀਂ ਗੱਡੀ ਚਲਾਉਂਦੇ, ਤੁਹਾਨੂੰ ਅਸੀਂ ਸਮਝਾਉਂਦੇ ਹੁੰਦੇ ਵੀ ਡੈਡੀ ਹੌਲੀ, ਡੈਡੀ ਤੇਜ਼, ਤੁਸੀਂ ਧਿਆਨ ਨਹੀਂ ਹੈਗਾ। ਇਹ ਸਮਾਂ ਸਮਾਂ ਬਲਵਾਨ ਬਹੁਤ ਹੁੰਦਾ, ਕਹਿੰਦੇ ਬਦਲੀ ਜਾਂਦਾ। ਮਜ਼ਾਕ ਕਰਾ, ਤੁਸੀਂ ਨੇ ਮੇਰੇ ਮਗਰ ਪੈ ਜਾਓ, ਮਤਲਬ ਉਹੀ ਗੱਲਾਂ ਮਾਰਦਾ। ਅੱਛਾ ਜਿਹੜੀ ਮਾਰਨੀ ਹੈ
ਜਿਹੜੀਆਂ ਗੱਲਾਂ ਮੈਂ ਕਹੀਆਂ ਧਿਆਨ ਰੱਖਿਓ ਤੇ ਪਹੁੰਚ ਕੇ ਫੋਨ ਕਰ ਦਿਓ ਹੈ। ਡੈਡੀ ਨਾਲ ਜਾਣਾ ਟਰੱਕ ਤੇ ਇੱਥੋਂ। ਓਕੇ ਬਾਏ ਬਾਏ ਟਾਟਾ। ਚਾਚੇ ਕੋਲ ਆ ਗਿਆ ਸੀ ਤੂੰ, ਚਾਚੇ ਕੋਲ ਆ ਗਿਆ ਸੀ। ਹਾਥ ਓਏ ਹਾਥ 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 ਹਾਂ, ਚਾਚੇ ਨੂੰ ਅੱਜ ਕੇ ਦਿਖਾ ਦੇ ਹਾਥ। ਯੈਸ ਕਿਆ ਸਾਡੀ ਚਾਚੀ ਨਾਲ ਵੱਧ ਬੈਠਦੀ ਆ, ਕਿਆ ਚਾਚੇ ਹੁਣ ਤੱਕ ਸਾਡੇ ਆੜੀ ਹੋਈ ਨੇ। ਰਣਸ਼ੇਰ ਓਏ ਆਇਆ ਤੈਨੂੰ ਤੇਰੀ ਦਾਦੀ ਦੀਆਂ ਪੇਟੀਆਂ ਦਿਖਾਵਾਂ, ਜਿਹਦੇ ਖਾਤਰ ਇੱਕ ਸਪੈਸ਼ਲ ਕਮਰਾ ਬਣਾਉਣਾ ਆਪਾਂ। ਦੇਖਣੀਆਂ ਨੀ ਅੱਜ ਦਾਦੀ ਦੀਆਂ ਪੇਟੀਆਂ, ਦਾਦੀ ਦੀਆਂ ਪੇਟੀਆਂ ਦੇਖ ਲਾ। ਦਾਦੀ ਦੀਆਂ ਦੋ ਤਿੰਨ, ਇੱਕ ਟਰੰਕ ਵੀ ਪਿਆ। ਇਹਦੇ ਵਿੱਚ ਹੁਣ ਤੇਰੇ ਕੱਪੜੇ ਧਰਾਂਗੇ ਅਸੀਂ ਜਿਹੜੇ ਛੋਟੇ ਹੋਏ ਜਾਣੇ। ਬੈਡਰੂਮ ਤਾਂ ਬਹੁਤ ਆ ਆਪਣੇ ਕੋਲੇ, ਆਪਾਂ ਦੇਖ ਲਾ ਰੈਨੋਵੇਸ਼ਨ ਹੋ ਸਕਦੀ ਹੈ ਜੀ। ਬੈਡਰੂਮ ਬਹੁਤ ਨੇ, 1 2 ਤੇ ਮਗਰ ਤੂੜੀ ਵਾਲਾ ਮਾਸਟਰ ਬੈਡਰੂਮ ਇੱਕ ਮਗਰ ਰਹਿ ਗਿਆ। ਇੱਕ ਇੱਧਰ ਹੈ, ਇੱਕ ਇੱਧਰ ਵੀ ਰੂਮ ਆ। ਤਿੰਨ ਰੂਮ ਤਾਂ ਆਲਰੇਡੀ ਹੈਗੇ ਆ, ਖੁੱਲਣਾ ਨਹੀਂ। ਤੁਹਾਨੂੰ ਮੈਂ ਮਾਸਟਰ ਬੈਡਰੂਮ ਵੀ ਦਿਖਾਉਣਾ ਵਾ। ਇੱਧਰ ਹੈਗਾ ਮਾਸਟਰ ਬੈਡਰੂਮ, ਵਿੱਚ ਹੀ ਬੈੱਡ, ਵਿੱਚ ਹੀ ਸੋਫੇ, ਸਾਰਾ ਕੁਛ ਹੀ ਲੱਗ ਜੂ। ਰਣਸ਼ੇਰ ਰੋਣੋ ਚੁੱਪ ਹੀ ਨੀ ਸੀ ਕਰਦਾ, ਐਂਬਰ ਕੋਲ ਆ ਕੇ ਕਰ ਗਿਆ, ਉਹਨੂੰ ਦੇਖੀ ਜਾਂਦਾ। ਡਰਦਾ ਨੀ ਹੈਗਾ ਨਾ, ਹਲੇ ਇਹਨੂੰ ਪਤਾ ਹੀ ਨੀ, ਸਮਝ ਹੀ ਨੀ ਨਾ ਇੰਨੀ। ਸਿਮ ਨੂੰ ਵੀ ਚੱਕ ਲਈ ਨਾਲ, ਨਾਲ ਚਾਚੇ ਹੁਣਾਂ ਦਾ ਸਰੋਂ ਕੱਢ ਵੀ ਲਈ। ਕੀ ਗਿਆ ਪਰਸੋਂ ਨੂੰ ਸੀ ਆਉਣਾ, ਆ ਗੇਟ ਬੰਦ ਕੀਤਾ ਬਾਏ। ਸਿਮ ਨੂੰ ਅਸੀਂ ਕਿਹਾ ਸੀ ਨਾਲ ਚੱਲ, ਪਰ ਉਹ ਕਹਿੰਦੀ ਨਹੀਂ ਮੈਂ ਸਕੂਲ ਜਾਣਾ ਵਾ। ਚਲੋ ਤੇ ਇੱਕ ਗੱਲ ਹੋਰ, ਅੱਜ ਟਿੱਡਾ ਜਿਹਾ ਇੱਥੇ ਜਮਾ ਹੀ ਨਹੀਂ ਟਿਕਿਆ ਹੈਗਾ। ਜਦਾ ਆਇਆ ਪਤਾ ਨੀ ਕੀ ਹੋਇਆ ਇਹਨੂੰ, ਕੱਲ ਇਕੱਠਾ ਹੀ ਸੌ ਲਿਆ, ਸਵੇਰ ਦਾ ਉੱਠ ਕੇ ਸੁੱਤਾ ਨੀ ਹੈਗਾ, ਹੁਣ ਨਾ ਇਹਨੇ ਦੁਬਾਰਾ ਸੋਣਾ। ਮੈਨੂੰ ਇਰੀਟੇਸ਼ਨ ਹੋ ਰਹੀ ਆ, ਖਿਜਿਆ ਹੋਇਆ ਅੱਜ ਇਹ। ਹੁਣ ਅਸੀਂ ਜਾਣਾ ਮੰਡੀ ਨੂੰ, ਜਾਈਏ ਕਿ ਨਾ ਜਾਈਏ? ਜਾ ਹੀ ਆਉਨੇ ਆ, ਕੁਛ ਨਹੀਂ ਹੁੰਦਾ। ਮੰਮੀ ਦੇ ਸੂਟ ਫੜਾਉਣੇ ਆ, ਮੈਂ ਚੱਪਲਾਂ ਲੈਣੀਆਂ ਨੇ, ਮੈਂ ਵੀ ਲੈਣੀਆਂ ਨੇ। ਤੂੰ ਤਾਂ ਪਹਿਲਾਂ ਸ਼ੁਰੂ ਹੋ ਜਾ ਕਰ ਯਾਰ, ਮੇਰੀਆਂ ਵੀ ਘਾਸ ਗਈਆਂ ਚੱਪਲਾਂ, ਉਹ ਤਿਲਕਣ ਹੋੜੀਆਂ ਹੋ ਗਈਆਂ, ਤਿਲਕ ਜਾਂਦੀਆਂ ਮੇਰੀਆਂ, ਟੁੱਟ ਗਈਆਂ। ਬਸ ਮੇਰਾ, ਆਪਾਂ ਦੋਨੇ ਜਣੇ ਲੈ ਲਾਂਗੇ, ਆਪਣੇ ਦੋਨਾਂ ਦੀਆਂ ਚੱਪਲਾਂ ਖਰਾਬ ਹੀ। ਕਿਉਂ ਰਣਸ਼ੇਰ ਤੂੰ ਕੁਛ ਲੈਣਾ ਵਾ, ਨੂੰ ਲੈਣਾ? ਅੱਜ ਗਰਮੀ ਨੇ ਪੂਰੀ ਦਸਤਕ ਦੇ ਦਿੱਤੀ, ਅੱਜ ਤਾਂ ਹਵਾ ਦੇ ਬੁੱਲੇ ਵੀ ਥੋੜੇ ਜਿਹੇ ਕਿਹੜੇ ਕਿਹੜੇ ਜਿਹੇ ਵੱਜਦੇ ਆ ਮੂੰਹ ਤੇ ਨਾ, ਸੇਕ ਜਿਹਾ ਨਾ। ਗਰਮ ਜੀ ਹਵਾ ਚੱਲਦੀ ਆ, ਮਾਰ ਦੇ ਕਿੰਨਾ ਸੋਹਣਾ ਵਿਊ ਲਾ ਦੇ ਤੂੰ ਬਾਹਰ। ਨਹਿਰ ਦੇਖੋ ਤੁਸੀਂ ਕਿੰਨੀ ਸੋਹਣੀ ਲੱਗਦੀ ਆ, ਹੁਣ ਪੂਰਾ ਸਾਫ਼ ਪਾਣੀ ਆ, ਪਤਾ ਨਹੀਂ ਕਿਉਂ ਕਿੰਨੇ ਦਿਨ ਹੋ ਗਏ, ਹੁਣ ਵੈਦਰ ਵੀ ਪੂਰਾ ਸਹੀ ਹੋ ਗਿਆ। ਵਧੀਆ ਯਾਰ, ਸਹੀ ਰਹੇ ਨਾ ਪਤਾ, ਸਾਨੂੰ ਬਹੁਤਾ ਮੀਂਹ ਹਨੇਰੀ ਚਾਹੀਦਾ ਨਾ ਸਾਨੂੰ ਬਹੁਤੀ ਗਰਮੀ ਚਾਹੀਦੀ ਆ, ਸਾਨੂੰ ਫਸਲਾਂ ਵੱਢ ਲੈਣ ਦੇ ਘਰ ਪਾਉਣਾ ਇੱਕ ਦੀ। ਹਾਂ ਠੀਕ ਠੀਕ ਮੌਸਮ ਚਾਹੀਦਾ, ਸੋਹਣਾ ਸੋਹਣਾ ਸਾਨੂੰ। ਹੁਣ ਤੇਰੇ ਹਾਜ਼ਰੀ ਹੈ, ਹੁਣ ਜੇ ਤੂੰ ਕਹਿ ਚਾਹੇ ਤਾਂ 2 ਮੰਜ਼ਲਾ ਹੀ ਪਾ ਸਕਦਾ, ਜੇ ਤੂੰ ਚਾਹੇ 1 ਮੰਜ਼ਲਾ ਹੀ ਪਾ ਸਕਦਾ, ਜੇ ਤੂੰ ਚਾਹੇ ਮੈਂ ਮਾਸਟਰ ਬੈਡਰੂਮ ਬਣਾਣਾ, ਜੇ ਤੂੰ ਚਾਹੇ ਫਿਰ ਮੈਂ ਨਾਰਮਲ ਬੈਡਰੂਮ ਬਣਾ ਲਊਂ, ਜੇ ਤੂੰ ਸਾਰਾ ਕੁਝ ਤੇਰੇ ਤੇ ਆ, ਜੇ ਤੂੰ ਚਾਹੇ ਅਸੀਂ ਬੰਗਲੋ ਬਣਾ ਲਈਏ, ਤੇਰੇ ਤੇ ਡੋਰਾ। ਚਲੋ ਸਭ ਬਾਬੇ ਤੇ ਡੋਰਾ ਹੁੰਦੀਆਂ ਨੇ ਹਰ ਚੀਜ਼ ਦੀਆਂ।
ਚਲੀਏ ਵੀ ਮੰਡੀ ਅੰਦਗੜ ਪਹੁੰਚ ਗਏ। ਅੱਜ ਕੱਲ ਤਾਂ ਚਿਰਾਂ ਵਾਦੀ ਹੋਣੇ ਨੇ ਮੰਡੀ ਅੰਦਗੜ। मंडी च डेकोरेशन ही बड़ी की हुई है, कोई फंक्शन हो के हटिया लगता मेनू दिन मनाया कोई ती फिर हो नहीं मैं अगे अगे देखा नहीं है। ये बोलोले बोलोले भी लगे हुए सारे कित। हाँ हम पहला मम्मी का सूट फड़ाया जी। वैसे रणशेर ने बाजार अच्छ पहली बार देखा नहीं अगे तुम मंडी अंदगढ़ आने इनू तो गड्डी बिठा के रख दें पर जी आई 10-15 मिनट लिए पिंदर ने चप्पल लेनी ने जराबा तो ला लो पिंदर ने एक चप्पल लेनी है बरे ला देना तो जुत्ती आंगू पा पा देख दे पिंदर ओ ले लो आ बड़ी रेड दी चप्पल लेनी पिंदर दी चप्पल सिलेक्ट हो गई हुण रणशेर नूं फड़नगे मैं आपदी चप्पल सिलेक्ट करूंगी। हां देख ला तू भी फिर जुत्तियां लिया करनियां ने तू भी रौला पाया कर साडे नाल आके ਇਹਨੂੰ ਬਲੂਨ ਦਿਖਾਓ ਇਹਨੂੰ ਬਲੂਨ ਦਿਖਾਓ ਫਿਰ ਚਲੋ ਮੈਂ ਵੀ ਉਹਨਾਂ ਦੇ ਚੱਪਲਾਂ ਸਿਲੈਕਟ ਕਰ ਲਾਂ। ਚੋਕਰ ਅੱਜ ਥਾਰ ਨਹੀਂ ਲੈ ਕੇ ਆਂਦੀ ਕਿ ਓਹੋ ਓਏ ਰੱਬੋ ਨਾਲੇ ਤੁਹਾਨੂੰ ਕਿਹਾ ਸੀ ਬਿੰਦਾ ਸਿਲੰਡਰ ਕਰ ਦੇ ਜੀ ਆਪਾਂ ਸਮਾਨ ਬਹੁਤ ਲੈ ਆਂਦਾ ਸੀ ਉਹ ਡਿੱਗੇ ਚ ਆਉਣਾ ਨਹੀਂ ਸੀਗਾ ਇਹਨਾਂ ਯਾਰ ਸਿਲੰਡਰ ਤਾਂ ਹੀ ਫੇਰ ਭੁੱਲਿਆ ਬਿੰਦਾ ਨੂੰ ਕਹਿ ਨਹੀਂ ਕੋਈ ਯਾਦ ਵੀ ਕਰਾਇਆ ਸੀ ਬਿੰਦਾ ਸਿਲੰਡਰ ਕਰ ਦੇ ਮੈਨੂੰ ਡੈਡੀ ਨੇ ਸਪੈਸ਼ਲੀ ਫੋਨ ਵੀ ਕਰਿਆ ਸੀ ਜਦੋਂ ਆਪਾਂ ਉਧਰਲੇ ਘਰੇ ਸੀਗੇ ਚਲ ਹੁਣ ਆਪਾਂ ਐ ਕਰਾਂਗੇ ਪਰਸੋਂ ਨੂੰ ਫੇਰ ਆਉਣਾ ਤੁਹਾਨੂੰ ਉਦਨੇ ਤਾਂ ਭਰੇ ਹੋਏ ਲੈ ਕੇ ਜਾਣਾ ਸੀ ਜਦੋਂ ਨਾ ਅਸੀਂ ਬਾਜ਼ਾਰ ਚੋਂ ਬਾਹਰ ਨਿਕਲੇ ਰਣਸ਼ੇਰ ਮੇਰੇ ਮੋਢੇ ਲੱਗ ਗਿਆ ਮੈਂ ਕਿਹਾ ਕੀ ਗੱਲ ਪੁੱਤ ਥੱਕ ਗਿਆ ਪਤਾ ਜਦ ਹੀ ਕਿਹਾ ਪਿੰਦਰ ਪੂਰਾ ਟਕਾ ਕੇ ਹੂੰ ਤੂੰ ਥੱਕ ਗਿਆ ਸੀ ਮੈਂ ਬੰਦ ਰਹਿ ਲੱਗਦਾ ਗਰਮੀ ਮੰਨ ਰਿਹਾ ਅੱਜ ਗਰਮੀ ਮੰਨ ਗਿਆ ਸੀ ਅੱਜ ਸਹੀ ਗੱਲ ਆ ਨਾਲੇ ਅਸੀਂ ਕੁਝ ਨਹੀਂ ਕੀਤਾ ਬਸ ਪਿੰਦਰ ਨੇ ਚੱਪਲਾਂ ਲਿੱਤੀਆਂ ਨੇ ਜਾਂ ਇੱਕ ਜੋੜਾ ਚੱਪਲਾਂ ਦਾ ਮੈਂ ਲਿੱਤਾ ਬਸ ਮਾਤਰ 10 ਮਿੰਟ ਲਾਇਆ ਨਹੀਂ ਫਿਰ ਪੰਧੇਰ ਖੇੜੀ ਵੀ ਅੱਜ ਥੋੜਾ ਜਿਹਾ ਉਹ ਜਿਹਾ ਹਾਂ ਇਰੀਟੇਟ ਜਿਹਾ ਸੁੱਤਾ ਨਹੀਂ ਅੱਜ ਹੁਣ ਇਹ ਜਾ ਕੇ ਨਹਾ ਕੇ ਹੀ ਸੌਂਗਾ ਚੱਲ ਪਹਿਲਾਂ ਤਾਂ ਤੈਨੂੰ ਜਾ ਕੇ ਅੱਜ ਪਾਣੀ ਦੇ ਟੱਬ 'ਚ ਸਿੱਟੀਏ ਘਰੇ ਆਉਂਦਿਆਂ ਨੂੰ ਆਂਟੀ ਹੁਣੀ ਆਏ ਹੋਏ ਸੀਗੇ ਮੋਹਾਲੀ ਤੋਂ। ਥੈਂਕ ਯੂ ਆਂਟੀ ਵਧੀਆ ਲੱਗਾ ਤੁਹਾਨੂੰ ਮਿਲ ਕੇ। ਥੈਂਕ ਯੂ ਘੱਟੋ ਘੱਟ ਘੰਟਾ ਘਰੇ ਬੈਠੇ ਵੇਟ ਕਰੀ ਗਏ। ਚਲ ਮੰਮੀ ਦਾ ਜੀ ਲੱਗ ਰਿਹਾ ਮੰਮੀ ਇਕੱਲੇ ਸੀ ਹਾਂ ਸਾਰਿਆਂ ਨੂੰ ਰੋਕ ਕੇ ਦਿਖਾ ਦਿੰਦੇ ਇੱਕ ਵਾਰੀ। ਆਰਕੀਟੈਕਚਰ ਸਾਹਿਬ ਨੂੰ ਤਾਂ ਮਤਲਬ ਪਸੰਦ ਨਹੀਂ ਆਇਆ ਨਕਸ਼ਾ ਹੈ ਕੀ ਗੱਲ ਹੈ ਦੇਖਦੀ ਆ ਮਤਲਬ ਹੁਣ ਦੇਖਣ ਲੱਗੀ ਆ ਪਹਿਲਾਂ ਲੋਕਾਂ ਦੇ ਜਵਾਬ ਕਹਿੰਦੇ ਹੁੰਦੇ ਆ ਵੀ ਅਸੀਂ ਵੱਡਾ ਘਰ ਪਾਉਣਾ ਵਾ ਇਧਰ ਸਾਡੀ ਮਾਂ ਕਹਿੰਦੀ ਆ ਵੀ ਮੈਂ ਤਾਂ ਵੱਡਾ ਪਾਉਣਾ ਦੋ ਅੱਡ ਅੱਡ ਕਰਕੇ ਪਾ ਕੇ ਦੇਣੇ ਆ ਹੁਣੀ ਉਹ ਸਾਨੂੰ ਕੋਈ ਚੱਕਰ ਨਹੀਂ ਹੈਗਾ ਚਾਹੇ ਇੱਕ ਇੱਕ ਕਮਰਾ ਬਣਾ ਕੇ ਦੇ ਦਿਓ ਉਹ ਅੱਜ ਦਾ ਹਰਮਨ ਵੀਰ ਜੀ ਵੀ ਕਹਿੰਦੇ ਇੱਥੇ ਕਹਿੰਦੇ ਰਹਿਣਾ ਹੀ ਆ ਚਾਹੇ ਇੱਕ ਇੱਕ ਕਮਰਾ ਬਣਾ ਕੇ ਰਹਿ ਲਓ ਤੁਸੀਂ ਉਹ ਇੰਦਾ ਟੈਨਸ਼ਨ ਲਈ ਜਾਂਦੇ ਹੋ ਕੋਈ ਚੱਕਰ ਨਹੀਂ ਮੇਲਾ ਦਾ ਮੰਮੀ ਦੋ ਤਿੰਨ ਦਿਨ ਪਹਿਲਾਂ ਨਕਸ਼ਾ ਸਮਝਣਗੇ ਫਿਰ ਉਸ ਤੋਂ ਬਾਅਦ ਕੁਝ ਨਹੀਂ ਮੰਮੀ ਨੂੰ ਦੋ ਚਾਰ ਗਲਤੀਆਂ ਕੱਟਤੀ ਹੋਣੀਆਂ ਮੈਂ ਲੱਭੀ ਗਲਤੀ ਕੋਈ ਹਲੋ ਸਮਾਂ ਉਹ ਦੇਖ ਗੱਲ ਤੇ ਮੈਂ ਸ਼ੁਰੂ ਕਰਿਆ ਨਹੀਂ ਦੇਖ ਲਓ 6 ਕਮਰੇ ਕਹਿੰਦੇ ਨੇ ਇਹਨੂੰ ਚਲੋ ਵੀ ਤੇ ਬਾਕੀ ਦੇਖਦੇ ਆ ਤਾਂ ਡੈਡੀ ਦੇ ਕਹਿਣ ਨੂੰ ਸਾਡੀਆਂ ਸਲਾਹਾਂ ਨੇ ਹਲੇ ਮੰਮੀ ਅੱਜ ਡੈਡੀ ਕਹਿੰਦੇ मामे की सलाह रही जिंदगी सैट करो बाद खर्चे करो भी आह घर भी तो थोड़ा ही है वो भी गल सही है साढ़े घर थोड़े जे पैसे घट ही खर्च के रह जाइए मतलब मम्मी नहीं छड़ के मैं हर बंदे डैडी तक झुकियां ਇੰਨੇ ਵੀ ਨਹੀਂ ਹੈ ਜ਼ਰੂਰ ਹੈ ਇੰਨੇ ਵੀ ਨਹੀਂ ਅਤੇ ਬਾਕੀ ਠੀਕ ਆ ਵੀ ਹੁਣ ਆਪਾਂ ਵਲੋਗ ਕਰਦੇ ਹਾਂ ਇੱਥੇ ਐਂਡ ਜੇ ਵਲੋਗ ਵਧੀਆ ਲੱਗਿਆ ਵਲੋਗ ਨੂੰ ਲਾਈਕ ਚੈਨਲ ਸਬਸਕ੍ਰਾਈਬ ਅਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ ਇਹ ਗੱਲਾਂ ਨੋਰਮਲ ਘਰ ਦੀਆਂ ਗੱਲਾਂ ਨੇ ਇਹੋ ਜਿਹੀਆਂ ਚੱਲਦੀਆਂ ਰਹਿੰਦੀਆਂ ਹੁੰਦੀਆਂ ਨੇ ਇੱਕ ਜਣਾ ਕੁਛ ਹੋਰ ਕਹਿੰਦਾ ਹੁੰਦਾ ਇੱਕ ਜਣਾ ਕੁਛ ਹੋਰ ਕਹਿੰਦਾ ਹੁੰਦਾ।
ਕਦੇ ਵੀ ਘਰ ਚ ਜਿਹੜੇ ਮੈਂਬਰ ਨੇ ਸਾਰਿਆਂ ਦੀ ਸਲਾਹ ਸੇਮ ਹੋ ਨਹੀਂ ਸਕਦੀ।